ਪਟਵਾਰੀਆਂ ਦੀ ਸਰਕਾਰ ਦੇ ਵਿੱਚ ਪਹਿਲੀ ਵਾਰੀ ਹਰ ਇੱਕ ਮੰਨੀ ਗਈ ਹੈ। ਔਰ ਵੱਡੀ ਗੱਲ ਹੈ ਪਈ ਇਹ ਜਿ ਕਿ ਇਹਨਾਂ ਨੇ ਤੁਹਾਨੂੰ ਗੱਲ ਕੀਤੀ ਜਿਹੜੀ ਅੱਜ ਤੁਸੀਂ ਮੈਂ ਸੁਣ ਰਿਹਾ ਸੀ। ਪਈ ਅਸੀਂ ਵਿਰੋਧ ਕਰਾਂਗੇ ਸਰਕਾਰ ਦਾ ਜਾ ਕੇ। ਕਿਸ ਗੱਲ ਦਾ ਵਿਰੋਧ ਕਰੂਗੇ? ਤੁਸੀਂ ਕੰਮ ਅੱਛਾ ਕਰੋ। ਲੋਕ ਦੁਖੀ ਹੈ। ਤਹਿਸੀਲਾਂ ਦੇ ਵਿੱਚ। ਉਹਨਾਂ ਨੂੰ ਅੱਛੀ ਸਰਵਿਸ ਦਿਓ। ਸਭ ਤੋਂ ਵੱਡੀ ਗੱਲ ਇਹ ਆ ਪਟਵਾਰੀ ਕਹਿੰਦੇ ਨੇ ਜੀ ਕਿ ਸਾਡੇ ਤੇ ਕੰਮ ਦਾ ਬੋਝ ਬਹੁਤ ਜ਼ਿਆਦਾ ਹੋ ਗਿਆ ਤੇ ਨਫਰੀ ਵਧਾਉਣ ਦੀ ਲੋੜ ਸੀ ਤੇ ਕਹਿੰਦੇ ਸਰਕਾਰ ਨੇ 1100 ਅਸਾਮੀਆਂ ਖਤਮ ਕਰਤੀਆਂ ਉਹ ਕਹਿੰਦੇ ਕਿ ਸਗੋਦੀ ਸਾਡੀ ਤਾਂ ਪਹਿਲੇ ਹੀ ਕੰਮ ਦਾ ਬੋਝ ਵੱਧ ਗਿਆ ਹੋ ਗਿਆ ਤੇ ਅਸੀਂ ਕਿੱਥੋਂ ਕਰੀਏ ਬੜੀ ਮਜ਼ੇਦਾਰ ਗੱਲ ਗਈ ਹੈ ਮੈਨੂੰ ਦੱਸਣਾ ਚਾਹਨਾ ਇਹ ਜਿਹੜੀਆਂ ਅਸਾਮੀਆਂ ਇਹ 2021 ਚ ਇਹਨਾਂ ਨੂੰ ਚੰਗਾ ਭਲਾ ਪਤਾ ਵੀ ਇਹਨਾਂ ਨੇ ਮੰਨਿਆ ਇਸ ਗੱਲ ਨੂੰ ਮੇਰੇ ਕੋ ਆਕੇ ਮੰਨਿਆ ਸੀ ਇਹ ਸਰਕਾਰ ਜਾਂਦਿਆਂ ਘਟਾ ਗਈ ਸੀ ਕਾਂਗਰਸ ਦੀ। ਔਰ ਉਹ ਸਰਕਾਰਾਂ ਜਿਨ੍ਹਾਂ ਨੇ 35 ਸਰਕਾਰਾਂ ਨੇ 34 ਸਾਲ ਲਗਾਤਾਰ ਕਿਸੇ ਪਟਵਾਰੀ ਦੀ ਭਰਤੀ ਨਹੀਂ ਹੋਈ। ਵੱਡੀ ਗੱਲ ਸੀ। 34 ਸਾਲ ਲਗਾਤਾਰ ਕਿਸੇ ਪਟਵਾਰੀ ਦੀ ਭਰਤੀ ਨਹੀਂ ਹੋਈ ਔਰ ਇਸ ਸਰਕਾਰ ਨੇ ਆ ਕੇ ਭਰਤੀਆਂ ਕੀਤੀਆਂ ਔਰ ਇਹ ਕਹਿ ਰਹੇ ਐ ਪੀਜੀ ਸਾਡੇ ਤੇ ਕੰਮ ਦਾ ਬੋਝ ਵੱਧ ਗਿਆ। ਪਹਿਲੀ ਵਾਰ ਹੈ। ਸਰਕਾਰ ਨੇ ਤਕਰੀਬਨ 1800 ਦੇ ਕਰੀਬ 1090 ਇੱਕ ਵਾਰੀ ਔਰ 710 ਇੱਕ ਵਾਰੀ ਔਰ ਇਹ ਉਹਦਾ ਸ਼ੁਕਰਗੁਜ਼ਾਰ ਹੋਣ ਦੀ ਵਜਾਹੇ ਵੀ ਸਾਡੀ ਨਵੀਂ ਸਰਕਾਰਾਂ ਨੇ ਪ੍ਰਤੀ ਕੀਤੀ ਆਖੇ ਕਿਥੇ 34 ਸਾਲ ਦਾ ਲੰਮਾ ਵਕਫਾ ਜਿਹੜਾ ਸੀ ਨੰਘਿਆ ਇਹਨਾਂ ਸਰਕਾਰਾਂ ਦਾ ਔਰ ਇਹ ਕਹ ਰਹੇ ਵੀ ਸਾਡੇ ਤੇ ਕੰਮ ਦਾ ਬੋਝ ਵੱਧ ਗਿਆ ਇਹਨਾਂ ਨੂੰ ਤਾਂ ਲੋਕਾਂ ਨੂੰ ਅੱਛੀ ਸਰਵਿਸ ਦੇਣੀ ਆ ਤੁਸੀਂ ਮੈਨੂੰ ਐਦਾਂ ਕਰੋ ਉਹਨੂੰ ਦਿਖਾਓ ਵੀ ਕਿਹੜਾ ਸੁਖੀ ਆ ਇਹਨਾਂ ਦੀ ਸਰਵਿਸ ਤੋਂ ਸਰਕਾਰ ਨੇ ਕਿਹੜੀ ਮੰਗ ਨਹੀਂ ਮੰਗੀਆਂ ਇਹਨਾਂ ਦੀ ਪਹਿਲਾਂ ਮੈਨੂੰ ਦੱਸੋ ਪਟਵਾਰੀ ਕਹਿੰਦੇ ਨੇ ਜੀ ਕਿ ਸਾਡੀ ਬਦਲੀ ਦਾ ਅਧਿਕਾਰ ਜਿਹੜਾ ਡਿਪਟੀ ਕਮਿਸ਼ਨਰਾਂ ਕੋਲੇ ਸੀ ਉਹ ਵੀ ਕਿਤੇ ਵਾਪਸ ਲੈ ਲਿਆ ਗਿਆ ਦੇਖੋ ਇਹ ਜਿਹੜੇ ਫੈਂਸਲੇ ਸਰਕਾਰ ਦੇ ਫੈਂਸਲੇ ਹੁੰਦੇ ਇਹ ਅ ਲੋਕ ਹਿੱਤ ਤੇ ਰੱਖਦੇ ਆ ਸਰਕਾਰ ਬਹੁਤ ਸਾਰੇ ਫੈਂਸਲੇ ਜਾਂਦੀ ਹੈ ਹੁਣ ਕਿਵੇਂ ਇਹ ਮਸਲੇ ਦਾ ਨਿਬੇੜਾ ਕਿਵੇਂ ਹੋਵੇਗਾ ਜੀ ਉਹ ਕਹਿੰਦੇ ਕਿ ਸਰਕਾਰ ਸਾਨੂੰ ਮੀਟਿੰਗ ਦੇ ਲਈ ਸਮਾਂ ਨਹੀਂ ਦੇ ਰਹੀ ਉਹ ਕਹਿੰਦੇ ਸਰਕਾਰ ਸਾਨੂੰ ਮੀਟਿੰਗ ਦਾ ਸਮਾਂ ਦੇਵੇ ਤੇ ਸਾਡੇ ਮਸਲੇ ਹੱਲ ਹੋਣ ਨਹੀਂ ਇਹਨਾਂ ਨੂੰ ਕਦੀ ਮੰਨਿਆ ਨਹੀਂ ਕੀਤਾ ਤੁਸੀਂ ਇਹਨਾਂ ਨੂੰ ਪੁੱਛਿਓ ਵੀ ਅੱਜ ਤੱਕ ਇਹਨਾਂ ਦੀ ਕਿੰਨੀਆਂ ਮੀਟਿੰਗਸ ਹੋ ਚੁੱਕੀਆਂ ਨੇ ਅੱਜ ਤੱਕ ਜਿਹੜੀਆਂ ਨੇ ਛੋਟੀ ਮੋਟੀ ਡਿਮਾਂਡਸ ਸੀਗੀਆਂ ਸਾਰੀਆਂ ਪੂਰੀਆਂ ਕੀਤੀਆਂ ਸੀ ਜਿਹਦੇ ਜੇ ਜੋ ਇਹਨਾਂ ਨੇ ਚਾਇਆ ਸੀ ਉਹ ਪੂਰਾ ਕੀਤਾ ਔਰ ਵੱਡੀ ਗੱਲ ਹੈ ਮੈਂ ਅੱਜ ਤੱਕ ਸਮਝ ਲਈ ਇਹਨਾਂ ਨੂੰ ਕਦੇ ਵੀ ਮਨਾ ਨਹੀਂ ਕੀਤਾ ਗਿਆ ਵੱਡੀ ਗੱਲ ਸੀ ਛੇ ਇਹ ਇਹ ਕਹਿ ਰਹੇ ਆ ਵੀ ਸਾਡੇ ਤੇ ਕੰਮ ਦਾ ਬੋਝ ਵੱਧ ਗਿਆ ਜਦਕਿ ਸਰਕਾਰ ਨੇ ਇੰਨਾ ਜ਼ਿਆਦਾ ਨਫਰੀਆਂ ਭਰਤੀ ਕਰਕੇ ਇਹਨਾਂ ਦਾ ਕੰਮ ਘਟਾਇਆ ਉਹਦੇ باوجود ਅਗਰ ਇਹ ਗੱਲ ਲੈਣੀ ਹੈ ਤਾਂ ਫਿਰ ਤੁਸੀਂ ਦੱਸੋ ਵੀ ਇਹਨਾਂ ਦੀ ਮੀਟਿੰਗ ਦਾ ਵੀ ਕੀ ਫਾਇਦਾ ਹੋਏਗਾ ਹੁਣ ਕੀ ਕਿਸਰਿਆਂ ਦਿਨਾ ਚਾਹੋਗੇ ਕਿਉਂਕਿ ਜੇ ਪਟਵਾਰੀ ਕੰਮ ਤੇ ਨਹੀਂ ਹੋਣਗੇ ਜਾਂ ਪਟਵਾਰੀ ਦਿਲ ਲਾ ਕੇ ਕੰਮ ਨਹੀਂ ਕਰਨਗੇ ਤਾਂ ਫਿਰ ਆਮ ਲੋਕ ਪਰੇਸ਼ਾਨ ਹੋਣਗੇ ਪਟਵਾਰੀਆਂ ਨੂੰ ਸੁਣਿਆ ਕੀ ਦਿਨਾ ਚਾਹੋਗੇ ਦੇਖੋ ਮੈਂ ਇਹਨਾਂ ਦੀ ਸਾਰੀ ਯੂਨੀਅਨ ਨੂੰ ਸਾਰੇ ਪਟਵਾਰੀਆਂ ਨੂੰ ਇਹ ਸਰਕਾਰ ਵੱਲੋਂ ਇੱਕ ਗੱਲ ਕਹਿਣੀ ਚਾਹਨਾ ਪੇ ਇਹ ਅੱਛਾ ਕੰਮ ਜਿਹੜਾ ਲੋਕਾਂ ਨੂੰ ਅੱਛੀ ਸਰਵਿਸ ਦੇਣ ਦੀ ਸੀ ਨਾ ਜੇ ਲੋਕ ਤਹਸੀਲਾਂ ਚ ਪਰੇਸ਼ਾਨ ਨਾ ਹੋਣ ਇਹਨਾਂ ਦੀ ਜਿਹੜੀ ਡਿਮਾਂਡਸ ਹੈਗੀਆਂ ਜਿਹੜੀਆਂ ਪਹਿਲਾਂ ਆਲਰੇਡੀ ਪੂਰੀਆਂ ਕੀਤੀਆਂ ਗਈਆਂ ਸਰਕਾਰ ਦੇ ਫੈਸਲਿਆਂ ਨਾਲ ਚੱਲਣ ਦੀ ਕੋਸ਼ਿਸ਼ ਕਰਨ ਇਹ ਅਗਰ ਇਹਨਾਂ ਦੀ ਕੋਈ ਗੱਲ ਆ ਤਾਂ ਮੈਂ ਇਹਨਾਂ ਨੂੰ ਕਦੀ ਮਾਨਾ ਨਹੀਂ ਕੀਤਾ ਅੱਜ ਤੱਕ ਲੇਕਿਨ ਜਿਹੜੇ ਪਹਿਲਾਂ ਹੀ ਇਹ ਗੱਲ ਕਰ ਰਹੇ ਆ ਕਿ ਅਸੀਂ ਸਰਕਾਰ ਦਾ ਵਿਰੋਧ ਕਰਾਂਗੇ ਇੱਥੇ ਕੋਈ ਗੱਲ ਹੀ ਨਹੀਂ ਬੰਦੀ ਇਟ ਮੀਨਸ ਤੁਸੀਂ ਇਸ ਚੀਜ਼ ਨੂੰ ਟਾਰਗੇਟਡ ਤਰੀਕੇ ਨਾਲ ਚੱਲਦੇ ਪਏ ਆਂ ਫਿਰ ਕਿਹੜਾ ਕੋਣ ਬੈ ਕੇ ਗੱਲ ਕਰੇਗਾ ਇਹਨਾਂ ਨਾਲ ਤੁਸੀਂ ਸਮਾਧਾਨ ਦੇ ਲਈ ਤਿਆਰ ਹੋ ਵੈਸੇ ਜੇ ਚਲੋ ਆ ਗੱਲਬਾਤ ਰਹੀ ਮਸਲਾ ਹੱਲ ਹੋਵੇ ਮੈਂ ਕਹਿੰਦਾ ਜੀ ਮੈਂ ਇਹਨਾਂ ਨੂੰ ਅੱਜ ਤੱਕ ਕਦੀ ਮਨਾ ਹੀ ਨਹੀਂ ਕੀਤਾ ਸਮਾਧਾਨ ਜ਼ਰੂਰ ਆਉਗੇ ਮੈਂ ਮੋਸ ਵੈਲਕਮ ਕਰਾਂਗਾ ਕੋਈ ਗੱਲ ਨਹੀਂ ਹੈਗੀ ਅੱਗੋਂ ਜਿਹੜੀ ਜਿਹੜੀ ਜੈਨੂਅਲ ਗੱਲ ਆ ਕੇ ਕਰਨ ਕੋਈ ਗੱਲ ਨਹੀਂ ਅਸੀਂ ਕੋਈ ਮਨਾ ਕਰਦਾ ਬਲ ਮੈਨੂੰ ਦੱਸੋ ਇਹ ਡਿਪਾਰਟਮੈਂਟ ਜਿਹੜਾ ਹੁੰਦਾ ਡਿਪਾਰਟਮੈਂਟ ਕਦੀ ਬਣਾ ਨਹੀਂ ਕਰਦਾ ਅਚੂ ਜਿੰਪਾ ਜੀ ਜਲੰਧਰ ਜ਼ਿਲ੍ਹਾ ਚੋਣ ਦੇ ਵਿੱਚ ਉਹਨਾਂ ਨੇ ਵਿਰੋਧੀ ਗੱਲ ਕੀਤੀ ਹੈ ਤੇ ਆਪਾਂ ਵੀ ਬਿਲਕੁਲ ਸਮਝਣਾ ਚਾਹਾਂਗੇ ਜਿਵੇਂ ਗੱਲ ਹੁ ਪਹਿਲਾਂ ਪਾਰਲੀਮੈਂਟ ਚੋਣਾਂ ਸੀਗੀਆਂ ਹੁਣ ਜਲੰਧਰ ਪੱਛਮੀ ਦੀ ਚੋਣ ਆ ਗਈ ਹੈ ਕਿਵੇਂ ਦੇਖਦੇ ਹਾਂ ਸਰਕਾਰ ਕਿੰਨੀ ਕੀ ਤਿਆਰ ਹੈ ਕਿਉਂਕਿ ਤਿਆਰੀ ਵਿਰੋਧੀ ਵੀ ਪੂਰੀ ਕਰ ਰਹੇ ਹੈ ਦੇਖੋ ਇਲੈਕਸ਼ਨਸ ਹੈ ਇਲੈਕਸ਼ਨ ਇਲੈਕਸ਼ਨ ਹੈ ਇਲੈਕਸ਼ਨ ਨੂੰ ਇਲੈਕਸ਼ਨ ਮੰਗੂ ਲੜਨਾ ਪੈਂਦਾ ਕੋਈ ਇਦਾਂ ਦੀ ਗੱਲ ਨਹੀਂ ਹੈਗੀ ਆ ਵਿਧਾਨ ਸਭਾ ਦਾ ਇਲੈਕਸ਼ਨ ਹੈ ਇਹਨੂੰ ਜ਼ਰੂਰ ਜਿੱਤਣਾ ਹੈ ਵੱਡੇ ਮਾਰਜਿਨ ਨਾਲ ਜਿੱਤਣਾ ਹੈ ਉਧਰ ਕਾਂਗਰਸ ਕਿਉਂਕਿ ਚੰਜੀ ਸਿੰਘ ਚੰਨੀ ਹੋਰਾਂ ਦੀ ਵੋਟ ਪਾਰਲੀਮੈਂਟ ਚੋਣਾਂ ਦੇ ਵਿੱਚ ਕਾਫੀ ਵਧੀ ਹੋ ਕਾਫੀ ਹੌਸਲੇ ਚ ਨਜ਼ਰ ਆ ਰਹੇ ਆ ਕਹਿੰਦੇ ਨੇ ਕਿ ਕਾਂਗਰਸ ਵਾਵਾ ਹੌਸਲੇ ਚ ਹੈ ਉਧਰੋਂ ਭਾਜਪਾ ਵਾਲੇ ਦਾਵਾ ਕਰਦੇ ਨੇ ਕਿਉਂਕਿ ਤੁਹਾਡੇ ਹੀ ਪਹਿਲਾਂ ਤੁਹਾਡੇ ਸਾਥੀ ਸੀ ਉਹ ਐਮਐਲਏ ਹੁਣ ਉਧਰ ਚਲੇ ਗਏ ਨੇ ਤਾਂ ਉਹਨਾਂ ਦਾ ਆਪਣਾ ਦਾਵਾ ਕਿੱਥੇ ਕਿ ਜੀ ਦੇਖਦੇ ਹੋ ਵੀ ਕੀ ਹਾਲਾਤ ਰਹਿਣਗੇ ਇਕੱਲੇ ਦਲ ਵੀ ਮੈਦਾਨ ਦੇ ਦੇਖੋ ਹੋ ਸਕਦਾ ਲੋਕਾਂ ਨੇ ਪਾਰਲੀਮੈਂਟ ਦੇ ਮੈਟਰ ਦੇ ਉੱਤੇ ਹੋਰ ਤਰੀਕੇ ਨਾਲ ਵੋਟ ਪੁੱਲ ਕੀਤੀ ਹੋਵੇ ਤੁਸੀਂ ਦੇਖਦੇ ਆਪਾਂ ਕਈ ਵਾਰੀ ਬਹੁਤ ساری ਬਾਹਰ ਦੇਖਦੇ ਆਂ ਪਰਲਮੈਂਟ ਨੂੰ ਲੋਕ ਮੁਖ ਰੱਖਦੇ ਆ ਕਈ ਵਾਰੀ ਵੋਟ ਪਾਉਂਦੇ ਆ ਔਰ ਇਹ ਵਿਧਾਨ ਸਭਾ ਦੀ ਵੋਟ ਪੈਣੀ ਆ ਤੁਹਾਡੇ ਸਾਹਮਣੇ ਰਿਜ਼ਲਟ ਆਏਗਾ ਬੜਾ ਅੱਛਾ ਰਿਜ਼ਲਟ ਆਏਗਾ ਅੱਛਾ ਕਿਹੜੇ ਚੀਜ਼ ਤੋਂ ਲੱਗਦਾ ਕਿ ਲੋਕ ਜਿਆਦਾ ਖੁਸ਼ ਹੋਣਗੇ ਤੁਹਾਡੇ ਤੇ ਕਿਉਂਕਿ ਤੁਹਾਡਾ ਆਪਣਾ ਦਾਵਾ ਵਿਰੋਧੀਆਂ ਦੇ ਆਪਣੇ ਦਾਵੇ ਆ ਵੀ ਸਰਕਾਰ ਦਾ ਸਭਾ ਦਾ 2 ਸਾਲ ਦਾ ਪੀਰੀਅਡ ਬਹੁਤ ਅੱਛਾ ਹੈ ਸਰਕਾਰ ਦੇ ਕੰਮ 'ਚ ਕੋਈ ਕਮੀ ਨਹੀਂ ਹੈ ਕੋ ਕੰਮ ਦੇ ਵਿੱਚ ਜੇ ਬੱਚਿਆਂ ਨੂੰ 43000 ਨੌਕਰੀਆਂ ਦਿੱਤੀਆਂ ਜੇ ਹਰੇਕ ਆਦਮੀ ਨੂੰ ਜ਼ਰੂਰਤਮੰਦ ਨੂੰ ਬਿਜਲੀ ਮਿਲੀ ਹੈ ਕਿ ਸੋ ਯੂਨਿਟ ਜੇ ਟੇਲ ਐਂਡ ਤੱਕ ਪਾਣੀ ਮਿਲਿਆ ਹਰ ਇੱਕ ਨਹਿਰ ਚ ਪਾਣੀ ਆ ਲੋਕ ਨਹਿਰ ਦੇ ਪਾਣੀਆਂ ਤੋਂ ਇੰਨਾ ਜ਼ਿਆਦਾ ਖੁਸ਼ ਹੈ ਮੇਰੀ ਗੱਲ ਸਮਝੋ ਪਹਿਲਾਂ ਠੀਕ ਹੈ ਨਾ ਜੀ ਹੋਰ ਬੰਦ ਦੱਸੋ ਸਰਕਾਰ ਦੇ ਕੰਮ ਦੇ ਵਿੱਚ ਕੋਈ ਕਮੀ ਨਹੀਂ ਹੈ ਲੋਕਾਂ ਨੇ ਇਸ ਕਰਕੇ ਮੈਂ ਤੁਹਾਨੂੰ ਕਿਹਾ ਕਿਵਰੀ ਪਾਰਲੀਮੈਂਟ ਤੇ ਹਾਲਾਤ ਦੇ ਵਿੱਚ ਵੀ ਲੋਕਾਂ ਦਾ ਆਪਣਾ ਵੋਟ ਪਾਉਣ ਦਾ ਤਰੀਕਾ ਹੁੰਦਾ ਔਰ ਮੈਨੂੰ ਲੱਗਦਾ ਵਿਧਾਨ ਸਭਾ ਲਈ ਇਹ ਬਹੁਤ ਅੱਛਾ ਰਿਜ਼ਲਟ ਆਏਗਾ ਔਰ ਵੱਡੀ ਜਿੱਤ ਹੋਏਗੀ ਆਮ ਆਦਮੀ ਪਾਰਟੀ ਦੀ ਅੱਜ ਉਹ ਤਾਂ ਸਭਾ ਚੋਣਾਂ ਦੀ ਤੁਸੀਂ ਗੱਲ ਕੀਤੀ ਪਰ ਪੰਜਾਬ ਦੇ ਵਿੱਚ ਇੱਕ ਹੋਰ ਵੱਡਾ ਮਸਲਾ ਜੀ ਨਸ਼ੇ ਦਾ ਨਸ਼ੇ ਨੂੰ ਲੈ ਕੇ ਵਿਰੋਧੀ ਵੀ ਲਗਾਤਾਰ ਹਮਲਾਵਰ ਨੇ ਔਰ ਇੱਕ ਸਰਕਾਰ ਨੇ ਆਪਰੇਸ਼ਨ ਕਸੋ ਦੇ ਤਹਿਤ ਕਈ ਕਥਾਵਾਂ ਤੇ ਕਾਰਵਾਈ ਦੀ ਵੀ ਗੱਲ ਕੀਤੀ ਜਾਂਦੀ ਹੈ ਪਰ ਫਿਰ ਨਸ਼ੇ ਤੇ ਕੰਟਰੋਲ ਕਿਉਂ ਨਹੀਂ ਹੋ ਰਿਹਾ ਕੀ ਲੱਗਦਾ ਹੈ ਕਮੀ ਕਿੱਥੇ ਹੈ ਔਰ ਸਰਕਾਰ ਦੇ ਇਸ ਆਪਰੇਸ਼ਨ ਨੂੰ ਕਿੱਥੇ ਕਿ ਦੇਖਦੇ ਹੋ ਤੁਸੀਂ ਦੇਖੋ ਮੁੱਖ ਮੰਤਰੀ ਜੀ ਨੇ ਬਹੁਤ ਸਖਤ ਨਿਰਦੇਸ਼ ਦਿੱਤੇ ਆ ਔਰ ਤੁਹਾਨੂੰ ਤੁਸੀਂ ਦੇਖੋ ਪੁਲਿਸ ਬਿਲਕੁਲ ਮਸਤੀ ਦੇ ਨਾਲ ਧਰ ਪਕੜ ਵੀ ਕਰ ਰਹੀ ਹੈ ਔਰ ਹਰੇਕ ਜ਼ਿਲ੍ਹੇ ਚ ਲਗਾਤਾਰ ਜਿਹੜੇ ਕੋਈ ਏਦਾਂ ਦੀਆਂ ਬੈਲਟਾਂ ਤੇਸ ਹੋਈਆਂ ਜਿੱਥੇ ਬਾਰ ਬਾਰ ਨਸ਼ੇ ਦੀ ਕੰਪਲੇਂਟਸ ਹੈ ਉਹਨਾਂ ਨੂੰ ਹਿੱਡ ਆਊਟ ਨੂੰ ਤੋੜ ਕੇ ਇਹਨੂੰ ਖਤਮ ਕਰੇਗੀ ਨਸ਼ੇ ਅੱਛਾ ਕੀ ਦੇਖਦੇ ਹਾਂ ਕਿ ਦੇ ਪਿੱਛੇ ਮੁੱਖ ਤੌਰ ਤੇ ਕਾਰਨ ਕਿਉਂ ਕੰਟਰੋਲ ਕਿਉਂ ਦਿੱਕਤ ਆ ਰਹੀ ਹੈ ਤਾਂ ਉਹ ਕਿੱਥੇ ਆ ਰਹੀ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਸੁਧਾਰ ਕਰਨ ਦੀ ਲੋੜ ਕਿੱਥੇ ਹੈ ਕਿਉਂਕਿ ਇਹ ਵੀ ਦਾਵਾ ਕੀਤਾ ਜਾਂਦਾ ਹੈ ਕਿ ਸਪਲਾਈ ਤੇ ਡਿਮਾਂਡ ਦੋ ਅਲੱਗ-ਅਲੱਗ ਚੀਜ਼ਾਂ ਹੈ ਸਪਲਾਈ ਦੀ ਚੇਨ ਤਾਂ ਟੁੱਟੇਗੀ ਜੇ ਡਿਮਾਂਡ ਦੀ ਵੀ ਚੇਨ ਟੁੱਟੇਗੀ ਤਾਂ ਤੁਹਾਨੂੰ ਲੱਗਦਾ ਕਿ ਦੋਨੇ ਕੜੀਆਂ ਦੇ ਵਿੱਚ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਮਿਹਨਤ ਦੀ ਜ਼ਰੂਰਤ ਹੈ ਦੇਖੋ ਮੈਨੇ ਹੁਣ ਪੁਲਿਸ ਸਟੱਡੀ ਹੈ ਪੁਲਿਸ ਨੂੰ ਸਖਤ ਸਖਤ ਨਿਰਦੇਸ਼ ਜਿਹੜੇ ਆ ਸੀਐਮ ਸਾਹਿਬ ਨੇ ਦਿੱਤੇ ਆ ਖੁਦ ਬੁਲਾ ਕੇ ਫਿਰ ਦੁਆਰਾ ਸਾਰੀ ਪੁਲਿਸ ਆਫੀਸਰ ਨੂੰ ਬਿਠਾ ਕੇ ਨਿਰਦੇਸ਼ ਦਿੱਤੇ ਆ ਔਰ ਮੈਨੂੰ ਲੱਗਦਾ ਵੀ ਇਹਦੇ 'ਚ ਹੁਣ ਵੱਡੀ ਕਾਮਯਾਬੀ ਜਿਹੜੀਆਂ ਹੈ ਪ੍ਰਾਪਤ ਹੋਊਗੀਆਂ ਔਰ ਮੈਂ ਤਾਂ ਇੱਕ ਗੱਲ ਤੁਹਾਨੂੰ ਹੋਰ ਕਹਿਣੀ ਚਾਹੁੰਦਾ ਇਹਦੇ ਨਾਲ ਨਾਲ ਦੇਖੋ ਪੁਲਿਸ ਆਪਣਾ ਜਿਹੜਾ ਨੈਟਵਰਕ ਨੂੰ ਤੋੜਨ ਦੀ ਕੋਸ਼ਿਸ਼ ਕਰਦੀ ਆ ਲੇਕਿਨ ਮੈਂ ਕਹਿਣਾ ਚਾਹਣਾ ਕਿ ਡਿਊਸ਼ਰੀ ਨੂੰ ਵੀ ਅੱਗੇ ਆ ਕੇ ਨਾ ਜਿਹੜੇ ਕੋ ਬੰਦੇ ਟ੍ਰੇਸ ਹੁੰਦੇ ਆ ਬਾਰ ਬਾਰ ਉਹਨਾਂ ਨੂੰ ਜਮਾਨਤ ਨਹੀਂ ਦੇਣੀ ਚਾਹੀਦੀ ਉਹਨਾਂ ਨੂੰ ਜਿਹੜਾ ਹੈ ਜਿਹੜੇ ਇਦਾਂ ਦੇ ਬਾਰ ਬਾਰ ਜਿਹੜੇ ਜਮਾਨਤੀ ਆ ਜਿਹੜੇ ਬਾਰ ਬਾਰ ਪਤਾ ਲੱਗਦਾ ਵੀ ਇਹਨਾਂ ਨੇ ਪੁਲਿਸ ਆਪਣੇ ਤੌਰ ਦੇ ਉੱਤੇ ਕਰਦੀ ਆ ਇਹਨਾਂ ਨੂੰ ਕੋਰਟਾਂ ਨੂੰ ਵੀ ਨਹੀਂ ਚਾਹੀਦਾ ਵੀ ਇਹਨਾਂ ਨੂੰ ਜਮਾਨਤ ਨਾ ਦੇਵੇ